ਸਤ ਸ੍ਰੀ ਅਕਾਲ ਜੀ ਮੈਂ ਰਮਨਦੀਪ ਸੇ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੰਨਾ ਰਮਨੈਂਸ ਇੰਸਟੀਚਿਊਟ ਤੇ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਸਟੈਟਿਕ ਜੀਕੇ ਦਾ 6 ਨੰਬਰ ਪਾਰਟ ਇਸ ਤੋਂ ਪਹਿਲਾਂ 5 ਪਾਰਟ ਆਪਣੇ ਕੰਪਲੀਟ ਹੋ ਚੁੱਕੇ ਆ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਜਿਸ ਦੇ ਵਿੱਚ ਆਪਾਂ 3000 ਐਮਸੀਕਿਊ ਸੀਰੀਜ਼ ਦਾ ਜੋ ਟਾਰਗੇਟ ਰੱਖਿਆ ਹੈ ਜੋ ਕਿ ਤੁਹਾਨੂੰ ਵੱਖਰੇ ਵੱਖਰੇ ਐਗਜ਼ਾਮ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਜੋ ਪੁੱਛੇ ਜਾਂਦੇ ਨੇ ਸੋ ਹਰ ਇੱਕ ਚੀਜ਼ ਨੂੰ ਆਪਾਂ ਇਹਨਾਂ ਦੇ ਵਿੱਚ ਉਹ ਕਵਰ ਕਰਾਂਗੇ ਅੱਜ ਦੇ ਸੈਸ਼ਨ ਦੇ ਵਿੱਚ ਖਾਸ ਤੌਰ ਦੇ ਉਪਰ ਗਿਆਨ ਪੀਠ ਅਵਾਰਡ ਹੋ ਗਿਆ ਹੈ ਚੰਦਰਯਾਨ ਪ੍ਰੋਗਰਾਮ ਹੋ ਗਿਆ ਹੈ ਇੰਡੀਅਨ ਗ੍ਰੈਂਡ ਪ੍ਰਿਕਸ ਅਤੇ ਸ਼ਾਰਕ ਦੇ ਨਾਲ रिलेटेड ਕੁਝ ਜਿਹੜੀਆਂ ਇੰਪੋਰਟੈਂਟ ਕੁਐਸਚਨ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਤੇ ਇਹ ਤੁਹਾਨੂੰ ਸਾਰੇ ਹੀ ਐਗਜ਼ਾਮ ਜਾਨਕੀ ਐਸਐਸਸੀ ਮਾਸਟਰ ਕੈਡਰ ਪੀਐਸਪੀਐਲ ਪੰਜਾਬ ਪੁਲਿਸ ਪਟਵਾਰੀ ਅਤੇ ਹੋਰ ਕਾਫੀ ਸਰ ਐਗਜ਼ਾਮਾਂ ਦੇ ਲਈ ਤੁਹਾਨੂੰ ਇਹ ਸੈਸ਼ਨ ਜਿਹੜੇ ਨੇ ਉਹ ਹੈਲਪਫਲ ਰਹਿਣਗੇ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਨੋਟੀਫਿਕੇਸ਼ਨ ਪਲੱਸ ਇਸ ਤੋਂ ਇਲਾਵਾ ਹੋਰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਹੈ ਔਰ ਇਹਨਾਂ ਕਲਾਸਾਂ ਦੀ ਪੀਡੀਐਫ ਕਲੈਕਟ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਆ ਉਹ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਉੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਪੀਡੀਐਫ ਜਿਹੜੀ ਹੈ ਉਹ ਮਿਲ ਜਾਵੇਗੀ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਫਰਸਟ ਕੁਐਸਚਨ ਰਹੇਗਾ ਜੀ 101 ਨੰਬਰ ਕੁਐਸਚਨ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਜਿਹੜੇ ਹੈ ਉਹ ਕੌਣ ਸੀਗੇ ਜੀ ਸੀ ਰਾਜਾ ਗੋਪਾਲ ਚਰੀਆ ਬਲਦੇਵ ਸਿੰਘ ਸ਼੍ਰੀ ਜਗਜੀਵਨ ਰਾਮ ਜਾਂ ਸਰਦਾਰ ਬੱਲਭਾਈ ਪਟੇਲ ਆਜ਼ਾਦ ਭਾਰਤ ਦੇ ਪਹਿਲਾ ਪਹਿਲੇ ਰੱਖਿਆ ਮੰਤਰੀ ਇਹਨਾਂ ਦੇ ਅਪਰ ਲਾਸਟ ਸੈਸ਼ਨ ਦੇ ਵਿੱਚ ਕਾਫੀ ਸਾਰੇ ਹੋਰ ਕੁਐਸਚਨ ਵੀ ਜਿਹੜੇ ਆ ਆਲਰੇਡੀ ਐਡ ਕਰ ਚੁੱਕੇ ਹੈਗੇ ਸੋ ਇਹ ਸੈਸ਼ਨ ਦੇ ਵਿੱਚ ਰੱਖਿਆ ਮੰਤਰੀ ਹੈ ਜੀ ਸੋ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਜਿਹੜਾ ਹੈ ਉਹ ਬਲਦੇਵ ਸਿੰਘ ਰਹਿੰਦਾ ਹੈਗਾ ਜੋ ਕਿ ਸਭ ਤੋਂ ਪਹਿਲਾ ਹੈਗਾ ਠੀਕ ਹੈ ਵਰਤਮਾਨ ਸਮੇਂ ਰੱਖਿਆ ਮੰਤਰੀ ਜਿਹੜਾ ਹੈ ਉਹ ਰਾਜਨਾਥ ਸਿੰਘ ਹੈਗਾ ਉਸ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਠੀਕ ਹੈ ਜੀ ਰਾਜਨਾਥ ਸਿੰਘ ਓਕੇ ਸੋ ਇੱਕਾ ਸੀ ਰਾਜਾ ਗੋਪਾਲ ਚਰੀਆ ਦਾ ਵੀ ਬਹੁਤ ਜ਼ਿਆਦਾ ਆਉਂਦਾ ਹੁੰਦਾ ਕੁਐਸਚਨ ਵੀ ਸੀ ਰਾਜਾ ਗੋਪਾਲ ਚਰੀਆ ਜਿਹੜਾ ਹੈ ਇਹਨਾਂ ਨੂੰ ਰਾਜਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਅਤੇ ਇਹ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਜਿਹੜੇ ਹੈ ਗਵਰਨਰ ਜਨਰਲ ਨੇ ਠੀਕ ਹੈ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਪਹਿਲੇ ਗਵਰਨਰ ਜਨਰਲ ਨੇਗੇ ਠੀਕ ਹੈ ਉਸ ਤੋਂ ਪਹਿਲਾਂ ਜਿਹੜਾ ਹੈ ਲਾਰਡ ਮਾਉਂਟ ਬੇਟਨ ਸੀਗਾ ਉਸ ਤੋਂ ਬਾਅਦ ਜਿਹੜਾ ਹੈ ਸੀ ਰਾਜਾ ਗੋਪਾਲਚਾਰੀ ਆ ਜਾਂਦੇ ਆ ਜੋ ਕਿ ਸਾਲ 1948 ਤੋਂ ਲੈ ਕੇ ਜਦੋਂ ਤੱਕ ਸਾਡਾ ਸੰਵਿਧਾਨ ਲਾਗੂ ਨਹੀਂ ਹੁੰਦਾ ਉਦੋਂ ਤੱਕ ਇਹ ਭਾਰਤ ਦੇ ਜਿਹੜੇ ਹੈ ਗਵਰਨਰ ਜਨਰਲ ਰਹਿੰਦੇ ਹੈ ਕਿ ਆਕੇ ਇਹੇ ਸਾਡੇ ਜਿਹੜਾ ਪੂਨਾ ਪੈਕਟ ਹੋਇਆ ਸੀ ਸਾਲ 1932 ਦੇ ਵਿੱਚ ਉਸ ਸਮੇਂ ਵੀ ਇਹਨਾਂ ਨੇ ਜਿਹੜਾ ਹੈ ਮਹਾਤਮਾ ਗਾਂਧੀ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਕਰਾਉਣ ਦੇ ਵਿੱਚ ਮਦਦ ਕੀਤੀ ਸੀ ਉਹਦੇ ਨਾਲ ਵੀ ਰਿਲੇਟਡ ਹੈ ਕਿੰਨੇ ਵਿਅਕਤੀ ਓਕੇ ਸੋ ਬਲਦੇਵ ਸਿੰਘ ਜਿਹੜੇ ਹੈ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਹੈਗੇ ਨੇਗੇ ਜੋ ਕਿ ਸਾਲ 1947 ਤੋਂ ਲੈ ਕੇ 52 ਤੱਕ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਕੈਬਨਟ ਦੇ ਰੂਪ ਦੇ ਵਿੱਚ ਕੰਮ ਕਰਦੇ ਸੀਗੇ ਨੈਕਸਟ ਹੈ ਜੀ 102 ਨੰਬਰ ਡੈਸ਼ ਬੈਂਕਰ ਦੇਸ਼ਾਂ ਦਾ ਪਹਿਲਾ ਬੈਂਕ ਬਣ ਗਿਆ ਹੈ ਕਿ ਜਿਸ ਨੇ ਆਇਰਿਸ ਸਕੈਨ ਪ੍ਰਮਾਣਿਤ ਨੂੰ ਪੇਸ਼ ਕੀਤਾ ਹੈ ਐਕਸੈਸ ਬੈਂਕ ਕੈਨਰਾ ਬੈਂਕ ਬੰਦਨ ਬੈਂਕ ਜਾਂ ਜੈਸ ਬੈਂਕ ਸੋ ਇਸ ਬੈਂਕ ਦੇ ਵਿੱਚੋਂ ਐਕਸੈਸ ਬੈਂਕ ਜਿਹੜੀ ਹੈ ਉਹ ਦੇਸ਼ ਦਾ ਸਭ ਤੋਂ ਪਹਿਲਾ ਇੱਕ ਅਜਿਹਾ ਬੈਂਕ ਬਣ ਗਿਆ ਹੈ ਜਿਸ ਨੇ ਕਿ ਆਇਰਿਸ ਸਕੈਨ ਪ੍ਰਮਾਣਤਾ ਨੂੰ ਜਿਹੜਾ ਹੈ ਸਵੀਕਾਰ ਕੀਤਾ ਹੈ ਇਸੇ ਕਾਰਨ ਹੀ ਇਹ ਭਾਰਤ ਦਾ ਪਹਿਲਾ ਜਿਹੜਾ ਕਹਿੰਦੇ ਬੈਂਕ ਹੋਊਗਾ ਜਿਹਦੇ ਵਿੱਚ ਆਇਰਿਸ ਸਕੈਨ ਜਿਹੜਾ ਹੈ ਉਹ ਲੱਗਿਆ ਹੋਇਆ ਹੈਗਾ ओके सो एक्सेस बैंक ਹੀ ਜਿਹੜਾ ਹੈ ਉਹ ਪਹਿਲਾ ਬੈਂਕ ਹੈਗਾ ਜਿਸ ਦੇ ਵਿੱਚ ਮਾਈਕਰੋ ਏਟੀਐਮ ਟੈਬਲੇਟਾਂ ਦੇ ਰਹੇ ਆਂ ਹੀ ਆਧਾਰ ਆਧਾਰਤ ਮਤਲਬ ਕਿ ਜਿਹੜੇ ਆਧਾਰ ਕਾਰਡ ਨੇ ਉਹਨਾਂ ਤੇ ਆਧਾਰ ਤੇ ਜਿਹੜੇ ਹੈਗੇ ਨੇ ਲੈਣ ਦੇਣ ਕੀਤਾ ਜਾ ਸਕਦਾ ਹੈ ਤੇ ਇਸ ਸਕੀਮ ਜਿਹੜੀ ਹੈ ਜਾਂ ਜਿਹੜਾ ਸਿਸਟਮ ਹੈ ਇਹ ਆਇਰਿਸ ਸਕੈਨ ਪ੍ਰਮਾਣਿਕ ਕਰਨ ਦੀ ਵਿਸ਼ੇਸ਼ਤਾ ਹੈ ਜਾਨਕਿ ਆਇਰਿਸ ਤੋਂ ਲੈਤਾ ਹੋਇਆ ਇੱਕ ਕਨਸੈਪਟ ਹੈਗਾਗਾ ਉਹਦੇ ਆਧਾਰ ਦੇ ਉੱਪਰ ਆਧਾਰ ਕਾਰਡ ਦੇ ਉੱਪਰ ਆਧਾਰਤ ਜਿਹੜਾ ਇਹ ਏਟੀਐਮ ਜਿਹੜਾ ਹੈ ਉਹ ਫੰਕਸ਼ਨ ਕਰਦਾ ਹੈ ਮਾਈਕਰੋ ਏਟੀਐਮ ਟੈਬਲੇਟ ਦੇ ਰੂਪ ਦੇ ਵਿੱਚ ਇਸ ਨੂੰ ਜਾਣਿਆ ਜਾਂਦਾ ਹੈ 103 ਨੰਬਰ ਹੈ ਜੀ ਪਾਰਤੀ ਪਰਬਤਾਰੋਹੀ ਜਣਕੇ ਪਰਬਤਾਂ ਦੇ ਉੱਪਰ ਜਾਣ ਵਾਲੀ ਦੋ ਵਾਰ ਮਾਉਂਟ ਐਵਰੈਸਟ ਦੇ ਉੱਪਰ ਚੜ੍ਹਨ ਵਾਲੀ ਦੁਨੀਆ ਦੀ ਪਹਿਲੀ ਔਰਤ ਅਤੇ ਕਾਂਗਸ਼ੰਗ ਫੇਸ ਤੋਂ ਮਾਉਂਟ ਐਵਰੈਸਟ ਤੇ ਸਫਲਤਾਪੂਰਵਕ ਚੜ੍ਹਨ ਵਾਲੀ ਭਾਰਤੀ ਪਹਿਲੀ ਸਤਰੀ ਮਲਵਤ ਪੂਨਾ ਸੰਤੋਸ਼ যাদਬ ਪ੍ਰੇਮਲਤਾ ਅਗਰਵਾਲ ਜਾਂ ਅਰੁਣਾ ਸਨੇਹਾਂ ਪਰਬਤ ਰੋਹੀ ਹੈ ਜਾਨੀ ਕਿ ਪਰਬਤਾਂ ਦੇ ਉੱਪਰ ਚੜਨ ਵਾਲੀ ਲੇਡੀਆਂ ਹੈ ਜੋ ਕਿ ਮਾਉਂਟ ਐਵਰਸ ਦੇ ਉੱਪਰ ਦੋ ਵਾਰ ਜਾਂਦੀ ਹੈ ਕਿ ਹੈਗੀ ਇਸ ਤੋਂ ਇਲਾਵਾ ਕੰਗਸੂ ਫੇਸ ਦੇ ਉੱਪਰ ਵੀ ਜਿਹੜੇ ਇੱਕ ਵਾਰੀ ਯਾਤਰਾ ਕਰਦੀ ਹੈ ਜਾਨੀ ਕਿ ਦੋ ਪ੍ਰਮੁੱਖ ਮਾਉਂਟੇਨਾਂ ਦੇ ਉੱਪਰ ਯਾਤਰਾ ਕਰਨ ਵਾਲੀ ਪਹਿਲੀ ਔਰਤ ਦੁਨੀਆ ਦੀ ਕਿਹੜੀ ਹੈਗੀ ਸੋ ਉਸ ਦਾ ਨਾਮ ਹੈ ਜੀ ਸੰਤੋਸ਼ ਜੱਦਵ ਸੰਤੋਸ਼ ਜੱਦਵ ਜਿਹੜੀ ਹੈ ਇਹ ਮਾਉਂਟ ਐਵਰਸ ਦੇ ਉੱਪਰ ਦੋ ਵਾਰੀ ਜਾ ਚੁੱਕੀ ਹੈਗੀ ਹੈਗੀ ओके माउंट एवरेस्ट ਦੇ ਉੱਪਰ ਅਤੇ ਕੰਗਸੂ ਫੇਸ ਦੇ ਉੱਪਰ ਜਿਹੜਾ ਹੈ ਇੱਕ ਵਾਰੀ ਜਾਂਦੀ ਹੈਗੀ ਹੈ ਦੋਨਾਂ ਖੇਤਰਾਂ ਦੇ ਵਿੱਚ ਇਹ ਪਹਿਲੀ ਔਰਤ ਹੈਗੀ ਹੈਗੀ ਜੇ ਤਾਂ ਦੋ ਵਾਰੀ ਪੁੱਜਦੇ ਹੈਗੇ ਤੇ ਤਾਂ ਸੰਤੋਸ਼ ਜਾਦਵਾ ਜਾਊਗਾ ਪਹਿਲਾ ਹੋਊਗਾ ਤਾਂ ਬਿਸ਼ਿੰਦਰੀ ਪਾਲ ਆ ਜਾਊਗਾ ਉਹਦੇ ਬਾਰੇ ਤੁਸੀਂ ਆਲਮੋਸਟ ਸਾਰੇ ਹੀ ਜਾਣਦੇ ਹੋਗੇ ਅਤੇ ਕੰਗਸੂ ਫੇਸ ਦੇ ਉੱਪਰ ਜਾਣ ਵਾਲੀ ਵੀ ਇਹ ਭਾਰਤੀ ਪਹਿਲੀ ਔਰਤ ਹੈ ਜੀ ਜਿਸ ਦਾ ਨਾਮ ਹੈ ਸੰਤੋਸ਼ ਜਾਦਵ ओके ਮਾਉਂਟ ਐਵਰਸ ਦੇ ਉੱਪਰ ਇਹ ਦੋ ਵਾਰ ਹੀ ਜਾਂਦੀ ਹੈਗੀ ਹੈਗੀ ਪਹਿਲੀ ਵਾਰ ਜਿਹੜਾ ਹੈ ਸਾਲ 1992 ਦੇ ਵਿੱਚ ਜਾਂਦੀ ਹੈਗੀ ਅਤੇ ਦੂਜੀ ਵਾਰ ਸਾਲ 1993 ਦੇ ਵਿੱਚ ਜਾਂਦੀ ਹੈ ਤਾਂ ਦੋ ਵਾਰੀ ਇਹ ਸਫਲਤਾਪੂਰਵਕ ਜਿਹੜਾ ਹੈ ਮਾਉਂਟ ਐਵਰਸ ਦੇ ਉੱਪਰ ਯਾਤਰਾ ਕਰਕੇ ਆਉਂਦੀ ਹੈਗੀ ਹੈਗੀ ਹਰਿਆਣਾ ਰਾਜ ਤੋਂ ਇਹ ਬਿਲੋਂਗ ਕਰਦੇ ਹੈਗੇ ਅਗੇ ਇਹ ਦੋ ਪੁਰਸਕਾਰ ਮਿਲੇ ਹੋਏ ਇਹਨਾਂ ਨੂੰ ਪਦਮਸ਼ਰੀ ਪੁਰਸਕਾਰ ਸਾਲ 2000 ਦੇ ਵਿੱਚ ਇਹਨਾਂ ਨੂੰ ਦਿੱਤਾ ਗਿਆ ਹੈਗਾ ਅਤੇ ਤੰਜੀਨਿੰਗ ਨੋਰੇਂਗੀ ਨੈਸ਼ਨਲ ਐਡਵੈਂਚਰ ਅਵਾਰਡ ਸਾਲ 1994 ਦੇ ਵਿੱਚ ਇਹਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ ਪਦਮ ਸ਼੍ਰੀ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਹੈਗੀ ਓਕੇ ਨੈਕਸਟ ਹੈ ਜੀ ਅੱਗੇ 104 ਨੰਬਰ 16 ਜੁਲਾਈ 1991 ਨੂੰ ਦੁਨੀਆ ਦੀ ਪਹਿਲੀ ਹਸਪਤਾਲ ਰੇਲ ਗੱਡੀ ਜਿਹਨੂੰ ਕਿ ਜੀਵਨ ਰੇਖਾ ਕਿਹਾ ਜਾਂਦਾ ਹੈ ਨੇ ਕਿਸ ਸ਼ਹਿਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਬੰਗਲੌਰ ਸ਼ਹਿਰ ਤੋਂ ਨਵੀਂ ਦਿੱਲੀ ਤੋਂ ਬਰਨਸੀ ਤੋਂ ਜਾਂ ਬੰਬਈ ਤੋਂ 16 ਜੁਲਾਈ 1991 ਨੂੰ ਦੁਨੀਆ ਦੀ ਪਹਿਲੀ ਇੱਕ ਅਜਿਹੀ ਟ੍ਰੇਨ ਜਿਹੜੀ ਕਿ ਹਸਪਤਾਲ ਰੇਲ ਗੱਡੀ ਕਹਾਉਂਦੀ ਹੈ ਠੀਕ ਹੈ ਜਿਸ ਦਾ ਨਾਮ ਹੈ ਜੀ ਜੀਵਨ ਰੇਖਾ ਇਹ ਜੀਵਨ ਰੇਖਾ ਇਸ ਕਰਕੇ ਕਿਉਂਕਿ ਇਸ ਦੇ ਵਿੱਚ ਹਸਪਤਾਲ ਦੀ ਵਿਵਸਥਾ ਹੈ ਜਿਹੜੀ ਉਹ ਕੀਤੀ ਗਈ ਹੈ ਕਿ ਹੈ ਕਿ ਇਹ ਆਪਣੀ ਪਹਿਲੀ ਯਾਤਰਾ ਸ਼ੁਰੂ ਕਰਦੀ ਹੈ ਬੰਬਈ ਤੋਂ ਜਿਹਨੂੰ ਕਿ ਅੱਜਕੱਲ ਆਪਾਂ ਮੁੰਬਈ ਕਹਿ ਦਿੰਦੇ ਆ ਉੱਥੋਂ ਇਸ ਯਾਤਰਾ ਸ਼ੁਰੂ ਕਰਦੀ ਹੈਗੀ ਹੈਗੀ ਔਰ 16 ਜੁਲਾਈ 1991 ਨੂੰ ਇਹ ਆਪਣੀ ਯਾਤਰਾ ਸ਼ੁਰੂ ਕਰਦੀ ਹੈਗੀ ਆ ਦੁਨੀਆ ਦੀ ਇਕਲੋਤੀ ਅਜਿਹੀ ਟ੍ਰੇਨ ਹੈ ਜਿਸਦੇ ਵਿੱਚ ਹਸਪੀਟਲ ਦੀ ਜਿਹੜੀ ਹੈ ਉਹ ਵਿਵਸਥਾ ਕੀਤੀ ਗਈ ਹੈਗੀ ਠੀਕ ਹੈ ਇਸ ਨੂੰ ਲਾਈਫਲਾਈਨ ਐਕਸਪ੍ਰੈਸ ਵੀ ਕਿਹਾ ਜਾਂਦਾ ਹੈਗਾ ਇੰਗਲਿਸ਼ ਦੇ ਵਿੱਚ ਲਾਈਫਲਾਈਨ ਐਕਸਪ੍ਰੈਸ ਵੀ ਕਿਹਾ ਜਾਂਦਾ ਹੈਗਾ ਤੇ ਪੰਜਾਬੀ ਜਾਂ ਹਿੰਦੀ ਦੇ ਵਿੱਚ ਇਸ ਨੂੰ ਜੀਵਨ ਰੇਖਾ ਐਕਸਪ੍ਰੈਸ ਕਹਿੰਦੇ ਹੈਗੇ ਇਹ ਭਾਰਤ ਦੇ ਵਿੱਚ ਚਲਦੀ ਹੈਗੀ ਹੈ ਤੇ ਇਸ ਨੂੰ ਚਲਾਉਣ ਵਾਲੀ ਜਿਹੜੀ ਸੰਸਥਾ ਹੈ ਉਹ ਹੈ IIF ਯਾਨੀ ਕਿ ਇੰਪੈਕਟ ਇੰਡੀਆ ਫਾਊਂਡੇਸ਼ਨ ਇਹਦੇ ਦੁਆਰਾ ਚਲਾਈ ਜਾਂਦੀ ਹੈ ਇੰਡੀਅਨ ਰੇਲਵੇ ਦਾ ਇਹ 파ਰਟ ਹੈ ਤੇ ਸਿਹਤ ਮੰਤਰਾਲੇ ਦੇ ਨਾਲ ਮਿਲ ਕੇ ਜਿਹੜਾ ਹੈ ਇਸ ਰੇਲਵੇ ਨੂੰ ਜਿਹੜਾ ਹੈ ਆਰਗੇਨਾਈਜ਼ ਕੀਤਾ ਜਾਂਦਾ ਹੈ ਚਲਾਇਆ ਜਾਂਦਾ ਹੈ ਨੈਕਸਟ ਹੈ 105 ਨੰਬਰ ਭਾਰਤ ਦੇ ਕਿਸ ਸ਼ਹਿਰ ਦੇ ਵਿੱਚ ਪਹਿਲੀ ਵਾਰ ਫਾਰਮੂਲਾ 1 ਦੌੜ ਯਾਨੀ ਕਿ ਰੇਸ ਦਾ ਆਯੋਜਨ ਕੀਤਾ ਗਿਆ ਸੀ ਮੁੰਬਈ ਦੇ ਵਿੱਚ ਪੁੰਨੇ ਦੇ ਵਿੱਚ ਗ੍ਰੇਟਰ ਨੌਇਡਾ ਦੇ ਵਿੱਚ ਜਾਂ ਫਰੀਦਾਬਾਦ ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਫਾਰਮੂਲਾ 1 ਦੌੜ ਦਾ ਜਿਹੜਾ ਅਜੋજન ਕੀਤਾ ਗਿਆ ਸੀਗਾ ਉਹ ਗ੍ਰੇਟਰ ਨੌਇਡਾ ਦੇ ਵਿੱਚ ਜਾਂ ਨੌਇਡਾ ਦੇ ਵਿੱਚ ਕੀਤਾ ਗਿਆ ਸੀਗਾ ਜਿੱਥੇ ਸਭ ਤੋਂ ਪਹਿਲੀ ਵਾਰ ਫਾਰਮੂਲਾ 1 ਜਿਹੜੀ ਦੌੜ ਹੈ ਉਹ ਕਰਵਾਈ ਗਈ ਸੀਗੀ ਇੰਡੀਅਨ ਗ੍ਰੈਂਡ ਪ੍ਰਿਕਸ ਜਿਹਨੂੰ ਕਿ ਰਸਮੀ ਤੌਰ ਤੇ ਪ੍ਰਪਗਲ ਕਰ ਗਏ ਭਾਰਤ ਦੇ ਵਿੱਚ ਸਾਲ 2011 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਫਾਰਮੂਲਾ 1 ਏਟਲ ਗ੍ਰੈਂਡ ਪ੍ਰਿਕਸ ਆਫ ਇੰਡੀਆ ਪਹਿਲੀ ਵਾਰ ਭਾਰ ਦੇ ਵਿੱਚ ਹੋਇਆ ਸੀਗਾ ਠੀਕ ਹੈ ਏਟਲ ਗ੍ਰੈਂਡ ਪ੍ਰਿਕਸ ਆਫ ਇੰਡੀਆ ਉਹਦੇ ਦੁਆਰਾ ਇਸ ਨੂੰ ਜਿਹੜਾ ਹੈ ਚਲਾਇਆ ਗਿਆ ਸੀਗਾ ਪ੍ਰਬੰਧ ਕੀਤਾ ਗਿਆ ਸੀਗਾ ਜੋ ਕਿ 30 ਅਕਤੂਬਰ 2011 ਨੂੰ ਹੋਇਆ ਸੀ 30 ਅਕਤੂਬਰ 2011 ਨੂੰ ਹੋਇਆ ਸੀਗਾ ਗ੍ਰੇਟਰ ਨੌਇਡਾ ਜੋ ਕਿ ਯੂਪੀ ਦੇ ਵਿੱਚ ਪੈਂਦਾ ਉਸ ਸਥਾਨ ਵਿਖੇ ਹੋਇਆ ਸੀਗਾ ਅਤੇ ਭਾਰਤ ਦੇ ਬੁੱਧ ਇੰਟਰਨੈਸ਼ਨਲ ਸਰਕਟ ਦੇ ਵਿੱਚ ਇਸ ਨੂੰ ਜਿਹੜਾ ਹੈ ਕੀਤਾ ਗਿਆ ਸੀਗਾ ਓਕੇ ਬੁੱਧ ਇੰਟਰਨੈਸ਼ਨਲ ਸਰਕਟ ਦੇ ਵਿੱਚ ਜੋ ਕਿ ਗ੍ਰੇਟਰ ਨੌਇਡਾ ਦੇ ਵਿੱਚ ਪੈਂਦਾ ਸੋ ਉਸ ਸਥਾਨ ਵਿਖੇ ਜਿਹੜਾ ਹੈ ਇਹਨਾਂ ਗੇਮਸ ਨੂੰ ਆਰਗੇਨਾਈਜ਼ ਕੀਤਾ ਗਿਆ ਸੀਗਾ ਨੈਕਸਟ ਹੈ 106 ਨੰਬਰ ਸ਼ਾਰਕ ਦੀ ਪਹਿਲੀ ਮਹਿਲਾ ਸਿਕੱਤਰ ਜਨਰਲ ਕਿਸ ਦੇਸ਼ ਦੀ ਸੀ ਭਾਰਤ ਦੀ ਮਾਲਦੀਵ ਦੀ ਉਤਾਨ ਦੀ ਜਾਂ ਸ਼੍ਰੀਲੰਕਾ ਦੀ ਸ਼ਾਰਕ ਇੱਕ ਸਾਊਥ ਏਸ਼ੀਅਨ ਜਿਹੜਾ ਹੈ ਸੰਗਠਨ ਹੈ ਜਿਸ ਦਾ ਮੁੱਖ ਕੰਮ ਹੈ ਏਸ਼ੀਆ ਦੀਆਂ ਸਾਊਥ ਸਟੇਟਸ ਦੇ ਵਿੱਚ ਜਿਹੜਾ ਹੈ ਮਿਲਵਰਤਨ ਬਣਾ ਕੇ ਰੱਖਣਾ ਉਦਯੋਗਾਂ ਨੂੰ ਪ੍ਰੋਮੋਟ ਕਰਨਾ ਗਠਬੰਧਨ ਕਰਨਾ ਸਭ ਕੁਝ ਉਸ ਦੇ ਵਿੱਚ ਇਨਕਲੂਡ ਹੈਗਾਗਾ ਓਕੇ ਔਰ ਇਸ ਦੀ ਸਭ ਤੋਂ ਪਹਿਲੀ ਜਿਹੜੀ ਕਹਿ ਸਕਦੇ ਹੈਗੇ ਜਨਰਲ ਸਕੱਤਰ ਰਹੀ ਹੈ ਮਹਿਲਾ ਦੇ ਰੂਪ ਦੇ ਵਿੱਚ ਉਹ ਮਾਲਦੀਵ ਦੇਸ਼ ਦੀ ਹੈਗੀ ਹੈਗੀ ਮਾਲਦੀਪ ਦੇਸ਼ ਦੀ ਸਭ ਤੋਂ ਪਹਿਲੀ ਲੇਡੀਜ਼ ਹੈਗੀ ਜੋ ਇਸ ਦੀ ਜਨਰਲ ਸਕੱਤਰ ਦੇ ਰੂਪ ਦੇ ਵਿੱਚ ਕੰਮ ਕਰਦੀ ਹੈਗੀ ਹੈਗੀ ਸ਼ਾਰਕ ਜਿਹੜਾ ਹੈ ਇਹ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਜਾ ਸੰਗਠਨ ਹੈ ਜਿਸ ਦੀ ਸਥਾਪਨਾ 8 ਦਸੰਬਰ 1985 ਨੂੰ ਡਾਕਾ ਦੇ ਵਿੱਚ ਕੀਤੀ ਗਈ ਸੀਗੀ ਵਰਤਮਾਨ ਸਮੇਂ ਦਾ ਹੈੱਡਕੁਆਰਟਰ ਕਾਠਮੰਡੂ ਦੇ ਵਿੱਚ ਹੈ ਜੋ ਕਿ ਨੇਪਾਲ ਦੇ ਵਿੱਚ ਹੈ ਅਤੇ ਮੈਂਬਰਾਂ ਦੀ ਗੱਲ ਕਰੀਏ ਤਾਂ ਵਰਤਮਾਨ ਸਮਿਤੀ ਦੇ ਵਿੱਚ 8 ਮੈਂਬਰ ਨੇ ਜਿਸ ਸਮੇਂ ਇਹ 1985 ਦੇ ਵਿੱਚ ਬਣਾਏ ਗਏ ਸੀਗੇ ਉਸ ਸਮੇਂ ਇਸ ਦੇ ਵਿੱਚ 7 ਮੈਂਬਰ ਸੀ ਵਰਤਮਾਨ ਸਮਿਤੀ ਦੇ ਵਿੱਚ 8 ਮੈਂਬਰ ਹੋ ਚੁੱਕੇ ਹੈਗੇ ਨੇ ਵਰਤਮਾਨ ਸਮੇਂ ਸੈਕਟਰੀ ਜਨਰਲ ਜਿਹੜਾ ਹਸਦਾ ਹੈ ਉਹ ਗੁਲਮ ਸਰਵਰ ਹੈਗਾਗਾ ਅਤੇ ਇਸ ਦਾ ਆਉਂਦਾ ਸੰਭਾਲਣ ਵਾਲੀ ਯਾਨੀ ਕਿ ਜਨਰਲ ਸਕੱਤਰ ਦਾ ਆਉਂਦਾ ਸੰਭਾਲਣ ਵਾਲੀ ਭਾਰਤ ਦੀ ਸੌਰੀ ਦੁਨੀਆ ਦੀ ਪਹਿਲੀ ਲੇਡੀ ਜਿਹੜੀ ਕਿ ਇਸ ਦੀ ਸਕੱਤਰ ਬੰਦੀ ਉਹਦਾ ਨਾਮ ਹੈ ਜੀ ਫਤਮਾ ਧਿਆਨਾ ਸਾਇਦ ਜੋ ਕਿ ਮਾਲਦੀਵ ਦੇਸ਼ ਦੀ ਹੈਗੀ ਕਿ ਇਹ ਪਹਿਲੀ ਵਾਰ ਇਸ ਦੀ ਜਿਹੜੀ ਹੈ ਜਨਰਲ ਸਕੱਤਰ ਬੰਦੀ ਹੈਗੀ ਹੈ ਕਿ ਆ ਕੀ ਨੈਕਸਟ ਹੈ 107 ਨੰਬਰ ਡੈਸ਼ ਭਾਰਤ ਦਾ ਸਭ ਤੋਂ ਪੁਰਾਣਾ ਖੋਜ ਰਿਐਕਟਰ ਹੈ ਕਮਨੀ ਸਰਕਸ ਤਰੋਬ ਜਾਂ ਅਪਸਰਾ ਖੋਜ ਰਿਐਕਟਰ ਜਿਹੜਾ ਹੈ ਭਾਰਤ ਦਾ ਸਭ ਤੋਂ ਪੁਰਾਣਾ ਉਹ ਹੈ ਜੀ ਅਪਸਰਾ ਅਪਸਰਾ ਸਾਰੇ ਪੁਰਾਣੇ ਕਹਿ ਸਕਦੇ ਹੈ ਕਿ ਜਿੰਨੇ ਵੀ ਮਟਰ ਹੁਣ ਤੱਕ ਦੇ ਬਣ ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਖੋਜ ਰਿਐਕਟਰ ਹੈ ਜਿੱਥੇ ਨਿਊਕਲੀਅਰ ਜਿਹੜੀ ਹੈ ਕਹਿ ਸਕਦੇ ਆ ਪ੍ਰੋ ਇੰਡਸਟਰੀ ਹੈ ਉਸ ਨਾਲ ਸੰਬੰਧਿਤ ਹੈ ਅਪਸਰਾ ਵੈਰੀ ਵੈਰੀ ਇੰਪੋਰਟੈਂਟ ਹੈ ਠੀਕ ਹੈ ਅਪਸਰਾ ਭਾਰਤ ਦੇ ਮੁੰਬਈ ਸ਼ਹਿਰ ਦੇ ਵਿੱਚ ਸਥਿਤ ਹੈਗਾ ਜੋ ਕਿ ਖੋਜ ਰਿਐਕਟਰਾਂ ਦੀ ਸਭ ਤੋਂ ਪੁਰਾਣੀ ਇੱਕ ਕਹਿ ਸਕਦੇ ਹੈ ਗਿਆਂਗੇ ਫੈਕਟਰੀ ਹੈ ਇਸ ਰੈਕਟਰ ਨੂੰ ਪਾਪਾ ਪ੍ਰਮਾਣੂ ਖੋਜ ਕੇਂਦਰ ਜੋ ਕਿ BARC ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਨੂੰ ਡਿਜ਼ਾਈਨ ਕੀਤਾ ਸੀਗਾ ਉਸ ਨੂੰ ਅਤੇ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ ਠੀਕ ਹੈ ਜ਼ਿਆਦਾਤਰ ਰਾਜ ਹੀ ਪੁੱਛਦੇ ਹੁੰਦੇ ਆ ਤਾਂ ਮਹਾਰਾਸ਼ਟਰ ਰਾਜ ਦੇ ਵਿੱਚ ਸਥਿਤ ਹੈਗਾ ਇਹ ਵਾਲਾ ਅਤੇ ਇਸ ਨੂੰ ਇਸ ਪ੍ਰੋਗਰਾਮ ਨੂੰ ਜਾਂ ਇਸ ਸੰਸਥਾ ਨੂੰ ਬਣਾਉਣ ਦੇ ਲਈ ਜਿਹੜਾ ਹੈ ਦੇਸ਼ ਨੇ ਸਹਾਇਤਾ ਕੀਤੀ ਸੀ ਉਹ ਸੀਗਾ ਜਿਉ ਯੂਨਾਈਟਿਡ ਕਿੰਗਡਮ ਯਾਨੀ ਕਿ ਇੰਗਲੈਂਡ ਦੇ ਦੁਆਰਾ ਇਸ ਨੂੰ ਸਹਾਇਤਾ ਕੀਤੀ ਗਈ ਸੀ ਜਿਸ ਦੇ ਥਰੂ ਅਪਸਰਾ ਨਾਮੀ ਜਿਹੜਾ ਹੈ ਖੋਜ ਰਿਐਕਟਰ ਜਿਹੜਾ ਹੈ ਉਹ ਸਟੈਬਲਿਸ਼ ਕੀਤਾ ਗਿਆ ਸੀਗਾ ओके ਅਤੇ ਇਸ ਦਾ 80 ਪਰਸੈਂਟ ਦਾ ਸੋਧਨ ਜਿਹੜਾ ਹੈ ਉਹ ਯੂਰੋਨੀਅਮ ਵਾਲੇ ਸਰੋਤਾਂ ਤੋਂ ਜਿਹੜਾ ਹੈ ਸਪਲਾਈ ਕੀਤਾ ਜਾਂਦਾ ਹੈਗਾ ਤੇ ਅਸਲ ਵਿੱਚ ਪਹਿਲੀ ਵਾਰ ਜਿਹੜਾ ਹੈ 4 ਅਗਸਤ 1956 ਨੂੰ ਨਾਜੁਕ ਸਥਿਤੀ ਦੇ ਵਿੱਚ ਹੋ ਗਿਆ ਸੀ ਜਾਨਕਿ ਨੁਕਸਾਨਦಾಯಕ ਹੋਣ ਵਾਲਾ ਸੀਗਾ ਬਟ 4 ਅਗਸਤ 1956 ਦੀ ਗੱਲ ਹੈਗੀਆ ਬਟ ਫਿਰ ਤੋਂ ਉਸ ਨੂੰ ਦੁਬਾਰਾ ਤੋਂ ਜਿਹੜਾ ਵਰਕਿੰਗ ਦੇ ਵਿੱਚੋਂ ਲਿਆਂਦਾ ਸੀਗਾ ਸਥਿਤੀ ਨੂੰ ਠੀਕ ਕਰਕੇ ਅੱਗੇ ਹੈ ਜੀ 108 ਨੰਬਰ ਭਾਰ ਦਾ ਪਹਿਲਾ 3D ਪਲਨਟੇਨੀਅਮ ਡੈਸ਼ ਦੇ ਵਿੱਚ ਸਥਿਤ ਹੈ ਬੰਗਲੌਰੂ ਦੇ ਵਿੱਚ ਮੰਗਲੌਰ ਦੇ ਵਿੱਚ ਹੈਦਰਾਬਾਦ ਦੇ ਵਿੱਚ ਜਾਂ ਕੋਚੀ ਦੇ ਵਿੱਚ 3D ਪਲੈਂਟਰੀਅਮ ਠੀਕ ਹੈ ਜਿੱਥੇ ਪਲੈਨਟ ਨੂੰ ਲੈ ਕੇ ਜਿਹੜਾ ਹੈ ਮਤਲਬ ਰਿਸ਼ ਨੇ ਉਹ 3D ਰੂਪ ਦੇ ਵਿੱਚ ਪ੍ਰੈਜੈਂਟ ਕੀਤੇ ਗਏ ਨੇ ਉਹ ਮੰਗਲੌਰ ਦੇ ਵਿੱਚ ਸਥਿਤ ਹੈਗਾਗਾ 3D ਸਟਰਕਚਰ ਹੈ ਜਿੱਥੋਂ ਮਤਲਬ 3 ਪੇਜ ਨਾਲ ਆਪਾਂ ਦੇਖ ਸਕਦੇ ਹਿੱਗੇ ਆਂਗੇ ਓਕੇ ਸੋ ਇਸ ਦਾ ਨਾਮ ਦੇਖਿਓ ਤਾਂ ਰੱਖਿਓ ਵੀ ਇਸ ਨੂੰ ਸੁਆਮੀ ਵਿਵੇਕਾਨੰਦ ਪਲਟਰੀਅਮ ਵੀ ਕਹਿ ਦਿੰਦੇ ਹੈਗੇ ਅਗੇ ਸਿੰਘ ਠੀਕ ਹੈ ਸੁਆਮੀ ਬਿਵੇਕਾਨੰਦ ਪ੍ਰਿੰਟੇਰੀਅਮ ਇਸ ਦਾ ਨਾਮ ਹੈ ਜੋ ਕਿ ਮੰਗਲੌਰ ਦੇ ਪੀਲੂਕਲਾ ਖੇਤਰ ਦੇ ਵਿੱਚ ਸਥਿਤ ਹੈ ਅਤੇ ਇਹ ਮੰਗਲੌਰ ਵਾਲਾ ਖੇਤਰ ਕਰਨਾਟਕ ਰਾਜ ਦੇ ਵਿੱਚ ਸਥਿਤ ਹੈ ਉੱਥੇ ਸਥਿਤ ਹੈ ਠੀਕ ਹੈ ਜੀ ਔਰ ਇਹ ਸਾਇੰਸ ਦੇ ਨਾਲ ਸੰਬੰਧਤ ਹੈ ਜਿੱਥੇ ਕਿ 8K ਡਿਜੀਟਲ ਅਤੇ ਆਪਟੋ ਮੈਕੈਨਿਕਲ ਪ੍ਰੋਜੈਕਟਰ ਵਾਲੀਆਂ ਜਿਹੜੀਆਂ ਪ੍ਰਣਾਲੀਆਂ ਲੱਗੀਆਂ ਗਈਆਂ ਜੋ ਕਿ ਦੇਸ਼ ਦਾ ਸਭ ਤੋਂ ਪਹਿਲਾ ਪ੍ਰਿੰਟੇਨੀਅਮ ਜਿਹੜਾ ਕਹਿ ਸਕਦੇ ਹਾਂ ਪ੍ਰੋਜੈਕਟ ਹੈ 3D ਹੈ ਕਿਗਾ ਪਹਿਲਾ ਹੈਗਾਗਾ ਅਤੇ ਇਸ ਤੋਂ ਲਾ ਬਾਪਟੋ ਮੈਕੈਨਿਕਲ ਪ੍ਰੋਜੈਕਸ਼ਨ ਦੇ ਅਧੀਨ ਵੀ ਇਹ ਪਹਿਲਾ ਹੀ ਹੈ ਤੇ 8K ਡਿਜੀਟਲ ਵਾਲਾ ਵੀ ਪਹਿਲਾ ਹੀ ਹੈ ਸਾਡੇ ਇੰਡੀਆ ਦੇ ਵਿੱਚ ਨੈਕਸਟ ਹੈ ਜੀ 109 ਨੰਬਰ ਡੈਸ਼ ਵਰਡ ਐਡੀਟਰਜ਼ ਫਾਰਮਸ ਦੇ ਪਹਿਲੇ ਭਾਰਤੀ ਬੋਰਡ ਮੈਂਬਰ ਸੀਗੇ ਬਹਿਰਾਮ ਕੰਡਕਟਰ ਕੰਡਕਟੈਂਸ ਬਾਚੀਕਰ ਕਰਿਆ ਸ਼ੋਭਾ ਡੀ ਜਾਂ ਫਿਰ ਖੁਸ਼ਬੰਦ ਸਿੰਘ ਵਰਡ ਐਡੀਟਰਜ਼ ਫਾਰਮ ਦੇ ਜਿਹੜੇ ਪਹਿਲੇ ਭਾਰਤੀ ਬੋਰਡ ਮੈਂਬਰ ਰਹੇ ਹੈਗੇ ਜੀ ਉਹਦਾ ਨਾਮ ਹੈ ਜੀ ਬਾਚੀ ਕਰਕਰੀਆ ਬਾਚੀ ਕਰਕਰੀਆ ਜਿਹੜਾ ਹੈ ਇਹ ਪਹਿਲਾ ਜਿਹੜਾ ਕਿਸਦਿਆਂ ਬੋਰਡ ਦਾ ਮੈਂਬਰ ਹੈ ਹੈਗਾ ਓਕੇ ਔਰ ਇਸ ਦਾ ਸਭ ਇਹ ਜਿਹੜਾ ਮਤਲਬ ਬਾਚੀ ਕਰਕਰੀਆ ਸੀਗੀ ਇਹ ਸਭ ਤੋਂ ਸੀਨੀਅਰ ਪੱਤਰਕਾਰਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਜਿਸ ਦੀ ਪੱਤਰਕਾਰੀ ਬੜੀ ਕਮਾਲ ਦੀ ਸੀਗੀ ਤੇ ਟਾਈਮਜ਼ ਆਫ ਇੰਡੀਆ ਦੇ ਵਿੱਚ ਜਿਹੜਾ ਹੈ ਇਹ ਐਜ਼ ਅ ਸੰਪਾਦਕ ਦਰੂਪ ਦੇ ਵਿੱਚ ਕੰਮ ਕਰਦ ਰਹੀ ਹੈ ਵਿਸ਼ੇਬ ਸੰਪਾਦਕ ਫਾਰਮ ਦੇ ਵਿੱਚ ਇਹ ਸਭ ਤੋਂ ਪਹਿਲੇ ਭਾਰਤੀ ਬੋਰਡ ਦੇ ਮੈਂਬਰ ਨੇਗੇ ਮੈਂਬਰ ਸੀ ਠੀਕ ਹੈ ਇਸਤਰੀ ਹੈਗੀ ਹੈਗੀ ਪਹਿਲੀ ਸੀਗੀ ਜਿਹੇ ਵਿਸ਼ਵ ਸੰਪਾਦਕ ਫਾਰਮ ਦੇ ਵਿੱਚ ਔਰ ਮਨਟੇਨ ਕੋਲਮਨ ਐਂਡ ਕੰਪਨੀ ਲਿਮਟਿਡ ਮੀਡੀਆ ਦੇ ਵਿੱਚ ਸਮੂਹ ਦੇ ਵੱਲੋਂ ਨਵੇਂ ਬ੍ਰਾਂਡ ਬਣਾਉਣ ਦੇ ਵਿੱਚ ਵੀ ਇਸਨੇ ਮਦਦ ਕੀਤੀ ਸੀਗੀ ਜਾਨੀ ਕਿ ਕਾਫੀ ਜਿਹੜਾ ਸਲੰਘਾ ਯੋਗ ਇਹਨਾਂ ਦੇ ਦੁਆਰਾ ਕੰਮ ਕੀਤਾ ਗਿਆ ਸੀ ਐਜ ਸੰਪਾਦਕ ਔਰ ਪੱਤਰਕਾਰ ਦੇ ਰੂਪ ਦੇ ਵਿੱਚ ਨੈਕਸਟ ਹੈ ਜੀ 110 ਨੰਬਰ ਚੰ드ਮਾ ਤੇ ਭਾਰਤ ਦਾ ਪਹਿਲਾ ਮਿਸ਼ਨ ਚੰ드ਰੀਯਨ 1 ਡੈਸ਼ ਤੋਂ ਸ਼ੁਰੂ ਹੋਇਆ ਸੀਗਾ ਸ਼੍ਰੀ ਸੇਲਮ ਤੋਂ ਸ਼੍ਰੀਕਲ ਹਸਤੀ ਤੋਂ ਸ਼੍ਰੀ ਕਾਕולם ਤੋਂ ਸ਼੍ਰੀ ਹਰੀਕੋਟਾ ਤੋਂ ਮਤਲਬ ਸਥਾਨ ਪੁੱਛਿਆ ਗਿਆ ਹੈ ਕਿ ਚੰ드ਰਯਾਨ ਮਿਸ਼ਨ ਜਿਹੜੇ ਹੈ ਉਹ ਸਭ ਤੋਂ ਪਹਿਲਾਂ ਕਿਹੜੇ ਸਥਾਨ ਤੋਂ ਛੱਡੇ ਗਏ ਸੀਗੇ ਤਾਂ ਚੰ드ਰਯਾਨ ਮਿਸ਼ਨ ਜਿਹੜੇ ਹੈਗੇ ਨੇ ਉਹ ਸ਼੍ਰੀ ਹਰੀਕੋਟਾ ਤੋਂ ਛੱਡੇ ਗਏ ਸ਼੍ਰੀ ਹਰੀਕੋਟਾ ਜਿਹੜਾ ਹੈ ਉਹ ਆਂਧਰਾ ਪ੍ਰਦੇਸ਼ ਦੇ ਤੱਟ ਦੇ ਉੱਪਰ ਪੈਂਦਾ ਹੈਗਾ ਚੰ드ਰਯਾਨ 1 ਚੰ드ਰਯਾਨ 2 ਚੰ드ਰਯਾਨ 3 ਤਿੰਨੋਂ ਸੈਟਲਾਈਟ ਜਿਹੜੇ ਹੈ ਉਹ ਇਸੇ ਖੇਤਰ ਤੋਂ ਹੀ ਛੱਡੇ ਗਏ ਜਿੰਨੇ ਵੀ ਆਲਮੋਸਟ ਭਾਰਤ ਸੈਟਲਾਈਟ ਛੱਡਦਾ ਹੈ ਉਹ ਸ਼੍ਰੀ ਹਰੀਕੋਟਾ ਤੋਂ ਹੀ ਛੱਡੇ ਜਾਂਦੇ ਆ ਜੋ ਆਂਧਰਾ ਪ੍ਰਦੇਸ਼ ਦੇ ਵਿੱਚ ਸਥ ਵਿਚ ਜੋ ਸੈਂਟਰ ਸਥਿਤ ਹੈਗਾ ਉਸ ਨੂੰ ਕਿਹਾ ਜਾਂਦਾ ਹੈ ਐਸ ਡੀ ਐਸ ਸੀ ਸ੍ਰੀ ਹਰਿਕੋਟਾ ਠੀਕ ਹੈ ਐਸ ਡੀ ਐਸ ਦਾ ਮਤਲਬ ਹੈਗਾਗਾ ਸतीश ਚੰਦਰ ਤਵਨ ਸਾਇੰਸ ਸੈਂਟਰ ਠੀਕ ਹੈ ਸੋ ਦੇ ਨਾਮ ਦੇ ਉੱਪਰ ਬਣਿਆ ਹੋਇਆ ਜੀ ਸਾਇੰਟਿਸਟ ਦੇ ਨਾਮ ਦੇ ਉੱਪਰ ਬਣਿਆ ਹੋਇਆ ਸੋ ਸੁਧਾਰ ਦੇ ਉੱਪਰ ਇਸ ਦਾ ਨਾਮ ਹੈਗਾਗਾ ਚੰ드ਰੀਅਨ 1 ਜਿਹੜਾ ਹੈ ਇਹ ਭਾਰਤ ਦਾ ਪਹਿਲਾ ਮਿਸ਼ਨ ਸੀਗਾ ਜੋ ਕਿ 22 ਅਕਤੂਬਰ 2008 ਨੂੰ ਛੱਡਿਆ ਗਿਆ ਸੀਗਾ ਸ਼੍ਰੀ ਹਰੀਕੋਟਾ ਦੇ ਸਥਾਨ ਤੋਂ ਆਂਧਰਾ ਪ੍ਰਦੇਸ਼ ਦੇ ਵਿੱਚ ਸਥਿਤ ਹੈਗਾਗਾ ਸतीश ਤਵਨ ਸੈਂਟਰ ਸਾਇੰਸ ਸੈਂਟਰ ਤੋਂ ਇਸ ਨੂੰ ਛੱਡਿਆ ਗਿਆ ਸੀਗਾ ਸਪੇਸ ਸੈਂਟਰ ਤੋਂ ਸੌਰੀ ਸਪੇਸ ਸੈਂਟਰ ਤੋਂ ਓਕੇ ਔਰ ਚੰਦਰਯਾਨ 2 ਜਿਹੜਾ ਹੈਗਾ ਇਹ ਛੱਡਿਆ ਗਿਆ ਸੀ ਜੀ 22 ਜੁਲਾਈ 2019 ਨੂੰ ਸੇਮ ਸਥਾਨ ਤੋਂ ਹੀ ਠੀਕ ਹੈ ਅਤੇ ਚੰਦਰਯਾਨ 3 ਛੱਡਿਆ ਗਿਆ ਸੀਗਾ ਜੀ ਲੇਟੈਸਟ ਹੀ ਜਾਨੀ ਕਿ ਤਈ ਦੇ ਵਿੱਚ ਲਾਸਟ ਸਾਲ ਦੇ ਵਿੱਚ ਛੱਡਿਆ ਗਿਆ ਸੀ ਅੱਜ ਤਾਂ ਚੌਵੀ ਸ਼ੁਰੂ ਹੋ ਗਿਆ ਹੈ ਤਾਂ 14 ਜੁਲਾਈ 2023 ਨੂੰ ਇਹ ਛੱਡਿਆ ਗਿਆ ਸੀ ਲਾਸਟ ਸੀਗਾ ਤੇ ਇਹਦੇ ਆਧਾਰ ਦੇ ਉੱਪਰ ਭਾਰਤ ਜਿਹੜਾ ਹੈ ਉਹ ਪਹਿਲਾ ਅਜਿਹਾ ਦੇਸ਼ ਬਣ ਜਾਂਦਾ ਹੈਗਾਗਾ ਫਰਸਟ ਕੰਟਰੀ ਬਣ ਜਾਂਦੀ ਹੈਗੀ ਹੈਗੀ ਜਿਹੜੀ ਕਿ ਮੂਨ ਦੇ ਸਾਊਥ ਪੋਲ ਦੇ ਉੱਪਰ ਆਪਣਾ ਸੈਟਲਾਈਟ ਉਤਾਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਠੀਕ ਹੈ ਮਾਉਂ ਦੇ ਸਾਊਥ ਪੋਲ ਦੇ ਉੱਪਰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਸਾਡਾ ਭਾਰਤ ਇੱਥੋਂ ਵੀ ਕਾਫੀ ਸਾਰੇ ਕੁਐਸਚਨ ਤੁਹਾਡੇ ਬਣਦੇ ਹੈਗੇ ਠੀਕ ਹੈ ਜੀ ਓਕੇ ਨੈਕਸਟ ਆਜੀ ਇਕਲਾ 111 ਨੰਬਰ ਭਾਰਤੀ ਸਭ ਤੋਂ ਪੁਰਾਣੀ ਸੰਚਾਲਨ ਰੈਫਾਇਨਰੀ ਜਿਹਨੂੰ ਆਪਰੇਟਿੰਗ ਰੈਫਾਇਨਰੀ ਕਿਹਾ ਜਾਂਦਾ ਹੈ ਡੈਸ਼ ਵਿਖੇ ਦਿੱਤਾ ਹੈ ਯਮਨਗਰ ਵਿਖੇ ਪਾਰਾਦੀਪ ਵਿਖੇ ਪਾਣੀਪਤ ਵਿਖੇ ਜਾਂ ਡਿਗਬੋਈ ਵਿਖੇ ਭਾਰਤ ਦੀ ਸਭ ਤੋਂ ਪੁਰਾਣੀ ਆਪਰੇਟਿੰਗ ਰਿਫਾਇਨਰੀ ਰਿਫਾਇਨਰੀ ਹਮੇਸ਼ਾ ਤੇਲ ਸੋਧਕ ਦੇ ਨਾਲ ਹੀ ਸਬੰਧਤ ਹੁੰਦੀ ਹੈ ਤਾਂ ਇਹ ਰਿਫਾਇਨਰੀ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਡਗਬੋਈ ਨਾਮੀ ਸਥਾਨ ਦੇ ਉੱਪਰ ਲੱਗੇਗੀ ਸੀ ਜਿੱਥੇ ਕੇ ਸਭ ਤੋਂ ਪਹਿਲਾਂ ਤੇਲ ਦੀ ਖੋਜ ਕੀਤੀ ਗਈ ਸੀ ਭਾਰਤ ਦੇ ਵਿੱਚ ਓਕੇ ਡਿਗਬੋਈ ਜਿਹੜਾ ਹੈ ਉੱਤਰ ਪੂਰਬੀ ਖੇਤਰ ਦੇ ਵਿੱਚ ਪੈਂਦਾ ਹੈ ਭਾਰਤ ਦੇ ਅਤੇ ਨਾਰਥ ਈਸਟਰਨ ਸਟੇਟਾਂ ਦੇ ਵਿੱਚੋਂ ਸੈਵਨ ਸਿਸਟਰ ਦੇ ਵਿੱਚੋਂ ਅਸਾਮ ਰਾਜ ਦੇ ਵਿੱਚ ਸਥਿਤ ਡਿਗਬੋਈ ਨਾਮ ਦਾ ਸਥਾਨ ਠੀਕ ਹੈ ਭਾਰਤ ਦੇ ਵਿੱਚ ਤੇਲ ਉਦਯੋਗ ਦਾ ਜਨਮ ਇਸ ਸਥਾਨ ਤੋਂ ਹੁੰਦਾ ਜਾਨੀ ਕਿ ਤੇਲ ਦਾ ਨਿਰਮਾਣ ਭਾਰਤ ਦੇ ਵਿੱਚ ਡਿਗਬੋਈ ਨਾਮ ਦੇ ਸਥਾਨ ਤੋਂ ਹੁੰਦਾ ਜੋ ਪਹਿਲਾ ਕੈਸਟਿਆ ਕਾਰਖਾਨਾ ਹੈਗਾ ਹੈ ਇਸ ਰੈਫਾਇਨਰੀ ਦੀ ਸ਼ੁਰੂਆਤ 11 ਦਸੰਬਰ 1901 ਤੋਂ ਹੁੰਦੀ ਹੈ ਠੀਕ ਹੈ 11 ਦਸੰਬਰ 1901 ਤੋਂ ਇੱਥੇ ਤੇਲ ਦੀ ਖੋਜ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਇਸ ਰੈਫਾਇਨਰੀ ਨੂੰ ਜਿਹੜਾ ਹੈ ਚਲਾਉਣਾ ਸ਼ੁਰੂ ਕਰ ਦਿੰਦਾ ਇਸੇ ਅਧਾਰ ਦੇ ਉੱਪਰ ਇਹ ਭਾਰਤ ਦੀ ਸਭ ਤੋਂ ਪੁਰਾਣੀ ਆਪਰੇਟਿੰਗ ਰੈਫਾਇਨਰੀ ਤੇ ਦੁਨੀਆ ਦੀ ਸਭ ਤੋਂ ਪੁਰਾਣੀ ਰੈਫਾਇਨਰੀ ਦੇ ਵਿੱਚੋਂ ਇੱਕ ਆ ਜਾਂਦੀ ਹੈ ਗੱਗੀ ਠੀਕ ਹੈ ਭਾਰਤ ਦੇ ਵਿੱਚ ਤਿੰਨ ਸਥਾਨ ਨੇ ਤੇਲ ਵਾਲੇ ਇੱਕ ਤਾਂ ਡਿਗਬੋਈ ਆ ਜਾਂਦਾ ਹੈ ਇੱਕ ਅੰਕਲलेश्वर ਆ ਜਾਂਦਾ ਹੈ ਇੱਕ ਬੰਬੇ ਹਾਈ ਜਾਂਦਾ ਠੀਕ ਹੈ ਤਿੰਨ ਖੇਤਰਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਹੈ ਭਾਰਤ ਦੇ ਵਿੱਚੋਂ ਨੈਕਸਟ ਹੈ ਜੀ 112 ਡੈਸ਼ ਨੂੰ ਭਾਰਤੀ ਨਾਗਰਿਕ ਹਵਾਵਾਜੀ ਦੇ ਪਿਤਾਮਾ ਜਾਨਕਿ ਫਾਦਰ ਆਫ ਇੰਡੀਅਨ ਸਿਵਲ ਐਵੀਏਸ਼ਨ ਕਿਹਾ ਜਾਂਦਾ ਹੈ ਜਹਾਂਗੀਰ ਰਤਨ ਜੀ ਦਾਦਾ ਪਾਈ ਟਾਟਾ ਜੀ ਦਾਦਾ ਪੋ ਟਾਟਾ ਪਰਵੇਜ ਜਤਾਮਨੀਆ ਹੋਮੀਪਾਪਾ ਤੇ ਜਮਸ਼ੇਦ ਜੀ ਨਸਰਬਨਾਜੀ ਟਾਟਾ ਸੋ ਜਿਨ੍ਹਾਂ ਨੂੰ ਫਾਦਰ ਆਫ ਇੰਡੀਅਨ ਸਿਵਲ ਐਵੀਏਸ਼ਨ ਜਾਨਕਿ ਹਵਾਈ ਜਹਾਜ਼ ਦੀ ਉਡਾਨ ਭਰਨ ਵਾਲਾ ਭਾਰ ਦਾ ਪਹਿਲਾ ਵਿਅਕਤੀ ਜਿਸ ਨੂੰ ਕਿ ਪਿਤਾਮਾ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਉਸ ਨੂੰ ਲੈ ਕੇ ਉਹ ਹੈਗਾ ਜੀ ਜਹਾਂਗੀਰ ਰਤਨ ਜੀ ਟਾਟਾ ਰਤਨ ਜੀ ਦਾਦਾ ਪੋਏ ਟਾਟਾ ਠੀਕ ਹੈ ਸਾਨੂੰ ਜੀ ਆਰਡੀ ਠੀਕ ਹੈ ਜੀ ਆਰਡੀ ਟਾਟਾ ਵੀ ਕਹਿ ਦਿੰਦੇ ਹੈਗੇ ਸ਼ਾਰਟ ਦੇ ਵਿੱਚ ਪੇਪਰ 'ਚ ਵੀ ਅਕਸਰ ਪੂਰਾ ਨਾਮ ਨਹੀਂ ਆਉਂਦਾ ਸ਼ਾਰਟ 'ਚ ਹੀ ਇਸ ਨੂੰ ਕਹਿੰਦੇ ਹੁੰਦੇ ਆ ਠੀਕ ਹੈ ਜਿਵੇਂ ਕਿ ਜੀ ਆਰਡੀ ਟਾਟਾ ਇਹਨਾਂ ਦਾ ਨਾਮ ਹੈ ਜੋ ਕਿ ਭਾਰਤ ਦੇ ਵਿੱਚ ਨਾਗਰਿਕ ਹਵਾਈ ਦੇ ਪਿਤਾ ਮਾਂ ਦੇ ਰੂਪ ਦੇ ਵਿੱਚੋਂ ਜਾਣੇ ਜਾਂਦੇ ਹੈ ਇਹਨਾਂ ਨੇ 10 ਫਰਵਰੀ 1929 ਨੂੰ ਜਿਹੜਾ ਹੈ ਪਾਇਲਟ ਦਾ ਪ੍ਰੀਖਣ ਜਿਹੜਾ ਉਹ ਪਾਸ ਕੀਤਾ ਸੀ ਜਿਹਦੇ ਆਧਾਰ ਦੇ ਉੱਪਰ ਇਹ ਭਾਰਤ ਦਾ ਪਹਿਲਾ ਵਿਅਕਤੀ ਸੀਗਾ ਜਿਸ ਨੇ ਕਿ ਇਸ ਫਲਾਈਂਗ ਲਾਇਸੈਂਸ ਨੂੰ ਜਿਹੜਾ ਹੈ ਉਹ ਪ੍ਰਾਪਤ ਕੀਤਾ ਸੀਗਾ ਜਹਾਜ਼ ਉਡਾਉਣ ਨੂੰ ਲੈ ਕੇ ਓਕੇ ਅਗਲਾ ਹੈ ਜੀ 13 ਨੰਬਰ ਕੁਐਸਚਨ ਖੇਡ ਲਿਖਣ ਦੇ ਵਿੱਚੋਂ ਕਿਹੜੀ ਭਾਰਤ ਦੀ ਪਹਿਲੀ ਸਵਦੇਸ਼ੀ ਐਂਟੀ ਨਿਊਕਲੀਅਰ ਮੈਡੀਕਲ ਕਿਟ ਦਾ ਹਿੱਸਾ ਨਹੀਂ ਹੈ ਖਾਰੇ ਦਾ ਹਲ ਜਿਹਨੂੰ ਕਿ ਸੈਲਾਈਨ ਸੋਲੂਸ਼ਨ ਕਹਿੰਦੇ ਆ ਜਾਂ ਪੂਰਿਸ਼ਨ ਨੀਡੀ ਟੈਬਲੇਟ ਜਾਂ ਐਂਟੀ ਗਾਮਾ ਰੇ ਚਮੜੀ ਯਾਤਰ ਜਾਂ ਫਿਰ ਸੀਏ ਐਡੀਟੀ ਸਾਹ ਲੈਣ ਵਾਲਾ ਤਲ ਠੀਕ ਹੈ ਸੋ ਇਹਨਾਂ ਦੇ ਵਿੱਚੋਂ ਐਂਟੀ ਨਿਊਕਲੀਅਰ ਮੈਡੀਕਲ ਕਿਟ ਦਾ ਹਿੱਸਾ ਨਹੀਂ ਹੈ ਸੋ ਉਹ ਹੈ ਜੀ ਸੇਲਾਈਨ ਸੋਲੂਸ਼ਨ ਜਾਨੀ ਕਿ ਖਾਰੇ ਦਾ ਜੋ ਕਹ ਸਕਦੇ ਹਾਂ ਹਲ ਜਾਂ ਮਿਸ਼ਨ ਜਿਹੜਾ ਹੁੰਦਾ ਹੈਗਾ ਉਸ ਨੂੰ ਇਸ ਦੇ ਵਿੱਚ ਨਹੀਂ ਲਿਆ ਜਾਊਗਾ ਬਾਕੀ ਤਿੰਨੋਂ ਦੇ ਤਿੰਨ ਜਿਹੜੇ ਆ ਉਹ ਸਭ ਦੇਸੀ ਐਂਟੀ ਨਿਊਕਲੀਅਰ ਮੈਡੀਕਲ ਮੈਡੀਕਲ ਕਿਟ ਦਾ ਹਿੱਸਾ ਹੈਗੇ ਨੇਗੇ ਓਕੇ ਤੁਖਾਰਾ ਕੋਲ ਦੇ ਵਿੱਚ ਕੀ ਹੁੰਦਾ ਹੈ ਨਮਕ ਤੇ ਪਾਣੀ ਦਾ ਮਿਸ਼ਰਣ ਹੁੰਦਾ ਹੈ ਇਸ ਕਰਕੇ ਇਸ ਨੂੰ ਨਿਊਕਲੀਅਰ ਦੇ ਨਾਲ ਤਾਂ ਪੈਡ ਹੀ ਨਹੀਂ ਕਰ ਸਕਦੇ ਹੈਗੇਗੇ ਸਧਾਰਨ ਕੋਲ ਦੇ ਵਿੱਚ 0.9% ਸੋਡੀਅਮ ਕਲੋਰਾਇਡ ਜਾਨੀ ਕਿ ਨਮਕ ਦੀ ਮਾਤਰਾ ਹੁੰਦੀ ਹੈਗੀ ਜੀ ਜੋ ਖੂਨ ਅਤੇ ਹੰਝੂਆਂ ਦੇ ਵਿੱਚ ਸੋਡੀਅਮ ਦੀ ਗਾੜਾਪਨ ਦੇ ਸਮਾਨ ਹੁੰਦਾ ਹੈਗਾ ਓਕੇ ਨੈਕਸਟ ਹੈ ਜੀ 14 ਨੰਬਰ ਗਿਆਨਪੀਠਾ ਵਾਰਡ ਦਾ ਪਹਿਲਾ ਪ੍ਰਾਪਤਕਰਤਾ ਕੌਣ ਸੀਗਾ ਜੀ ਸ਼ੰਕਰਾਕਰੂਪ ਮਹਾਦੇਵੀ ਵਰਮਾ ਅਮਿਤਵ ਕੋਸ਼ ਜਾਂ ਕ੍ਰਿਸ਼ਨਾ ਸੋਭਤੀ ਗਿਆਨਪੀਠ ਵਾਰਡ ਜਿਹੜਾ ਹੈ ਉਹ ਸਾਹਿਤ ਦੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈ ਤੇ ਭਾਰਤ ਦਾ ਪਹਿਲਾ ਵਿਅਕਤੀ ਜਿਸ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ਸੀ ਉਹ ਸੀਗਾ ਜੀ ਸ਼ੰਕਰਾਕਰੂ ਜੀ ਸ਼ੰਕਰਾਕਰੂਪ ਜਿਹੜਾ ਹੈ ਜਾਂ ਸ਼ੰਕਰਕਰੂਪ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੂੰ ਸਾਹਿਤ ਦੇ ਖੇਤਰ ਦੇ ਵਿੱਚ ਗਿਆਨਪੀਠ ਪੁਰਸਕਾਰ ਮਿਲਿਆ ਸੀ ਸਾਲ 1965 ਦੇ ਵਿੱਚ ਮਿਲਿਆ ਸੀਗਾ ਪਹਿਲਾ ਪੁਰਸਕਾਰ ਹੈਗਾਗਾ ਅਤੇ ਇਹ ਮਲਾਈਮ ਲੇਖਕ ਹੈ ਗਿਣਨਗੇ ਠੀਕ ਹੈ ਇਹ ਮਲਾਈਮ ਲੇਖਕ ਹੈ ਗਿਣਨਗੇ ਅਤੇ ਇਸ ਤੋਂ ਇਲਾਵਾ ਕਿ ਅਕੀਥਮ ਜਿਹੜਾ ਹੈ ਇਹ ਮਲਾਈਮ ਸਾਹਿਤ ਦੇ ਵਿੱਚ ਸਾਹਿਤ ਦੇ ਵਿੱਚ ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲਾ ਵਿਅਕਤੀ ਹੈ ਜੋ ਕਿ ਛੇਵੇਂ ਸਥਾਨ ਦੇ ਉਪਰ ਹੁੰਦਾ ਜਾਨੀ ਕਿ ਛੇਮਾ ਪੁਰਸਕਾਰ ਮਲਾਈਮ ਭਾਸ਼ਾ ਦੇ ਵਿੱਚ ਅਕਿਤਮ ਨੂੰ ਮਿਲਿਆ ਹੈ ਜੋ ਕਿ ਲਾਸਟ ਹੈ ਸੋ ਪਹਿਲਾ ਠੀਕ ਹੈ ਪਹਿਲਾ ਪੰਜਾਬੀ ਔਰਤਾਂ ਦੇ ਵਿੱਚ ਜਿਸ ਨੂੰ ਇਹ ਪੁਰਸਕਾਰ ਮਿਲਿਆ ਅਮਰਤਾ ਪ੍ਰੀਤਮ ਸਾਲ 1981 ਦੇ ਵਿੱਚ ਪਹਿਲਾ ਪੰਜਾਬੀ ਮਰਦਾਂ ਦੇ ਵਿੱਚ ਗੁਰਦਿਆਲ ਸਿੰਘ ਜਿਸ ਨੂੰ 1999 ਦੇ ਵਿੱਚ ਗਿਆਨਪੀਠ ਪੁਰਸਕਾਰ ਮਿਲਿਆ ਸਾਲ 2022 ਦੇ ਵਿੱਚ ਇਹ ਪੁਰਸਕਾਰ ਦਮੋਦਰ ਮੋਜ਼ੇ ਨੂੰ ਮਿਲਿਆ ਸੀ ਕੋਕਣੀ ਭਾਸ਼ਾ ਦੇ ਵਿੱਚ ਸਾਹਿਤ ਲਿਖਣ ਦੇ ਕਰਨ ਕਰਕੇ ਅਗਲਾ ਕੁਐਸਚਨ ਹੈ 15 ਨੰਬਰ ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀਗੀ ਆਤੀ ਸਾਹਾ ਉਜਵਲਾ ਰਾਏ ਨਿਸ਼ਾ ਮਲੇਤ ਕਰਨ ਮਲਵੇਸ਼ਵਰੀ ਸੋ ਇੰਗਲਿਸ਼ ਚੈਨਲ ਜੋ ਕਿ ਅੰਗਲੈਂਡ ਤੇ ਫਰਾਂਸ ਦੇ ਵਿਚਕਾਰ ਪੈ ਜਾਂਦੀ ਹੈਗੀ ਹੈਗੀ ਇਸ ਨੂੰ ਪਾਰ ਕਰਨ ਵਾਲੀ ਪਹਿਲੀ ਲੇਡੀਜ਼ ਜੋ ਭਾਰਤ ਦੀ ਹੈਗੀ ਹੈਗੀ ਸੋ ਉਹ ਹੈ ਜੀ ਆਰਤੀ ਸਹਾ ਠੀਕ ਹੈ ਆਰਤੀ ਸਹਾ ਪਹਿਲੀ ਲੇਡੀਜ਼ ਹੈ ਕਈ ਵਾਰ ਮੈਲ ਵੀ ਪੁੱਛ ਲੈਂਦੇ ਹੈ ਤਾਂ ਮਹਿਰ ਸੇਨ ਜਿਹੜਾ ਹੈ ਉਹ ਪਹਿਲਾ ਵਿਅਕਤੀ ਹੈ ਜਿਸ ਨੇ ਕੇਸ ਨੂੰ ਤੈਅ ਕੇ ਪਾਸ ਕੀਤਾ ਸੀਗਾ ਇਹਦਾ 6ਵੀਂ 7ਵੀਂ ਜਾਂ ਸ਼ਾਇਦ 8ਵੀਂ ਦੇ ਵਿੱਚ ਇੱਕ ਚੈਪਟਰ ਵੀ ਸੀਗਾ ਆਲਮੋਸਟ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਵੇਗਾ ਇੰਗਲਿਸ਼ ਚੈਨਲ ਇੰਗਲਿਸ਼ ਦੇ ਵਿੱਚ ਇਹੋ ਵੀ ओके okay? आरती साहा ਪਹਿਲੀ ਡਿਟੀ ਦੇ ਮਿਹਰसेन ਪਹਿਲਾ ਵਿਅਕਤੀ ਹੈ ਮੇਲ ਦੇ ਵਿੱਚੋਂ आरती साहा ਨੇ 29 ਸਤੰਬਰ 1959 29 ਸਤੰਬਰ 1959 ਨੂੰ ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲੀ ਪਹਿਲੀ ਏਸ਼ੀਅਨ ਔਰਤ ਹੈ ਠੀਕ ਹੈ ਏਸ਼ੀਆ ਦੇ ਵਿੱਚੋਂ ਵੀ ਪਹਿਲੀ ਹੈ ਤੇ ਭਾਰਤ ਦੇ ਵਿੱਚੋਂ ਵੀ ਇਹ ਪਹਿਲੀ ਲੇਡਿਸ ਹੈ ਜਿਸ ਨੇ ਕੇ ਇਸ ਇੰਗਲਿਸ਼ ਚੈਨਲ ਨੂੰ ਪਾਸ ਕੀਤਾ ਸੀਗਾ ਆਰਤੀ ਸਾਹਾ ਦਾ ਜਿਹੜਾ ਜਨਮ ਹੈ ਉਹ ਸਾਲ 1940 ਦੇ ਵਿੱਚ ਕੋਲਕਾਤਾ ਦੇ ਵਿਚ ਹੋਇਆ ਜੋ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਹੈਗਾਗਾ ਉਸਦੇ ਕੋਚ ਦਾ ਨਾਮ ਸੀਗਾ ਜੀ ਸਚਿਨ ਨਾਗ ਠੀਕ ਹੈ ਸਚਿਨ ਨਾਗ ਉਸਦੇ ਕੋਚ ਦਾ ਨਾਮ ਸੀ ਜਿਸ ਨੇ ਕਿ ਉਸ ਨੂੰ ਮੋਟੀਵੇਟ ਕਰਕੇ ਜਿਹੜਾ ਹੈ 스ਵੀਮਰ ਬਣਵਾਇਆ ਸੀਗਾ 96 ਨੰਬਰ ਹੈ Mars Orbiter Mission ਦਾ ਲਾਂਚ ਵਹਾਰਨ ਸੀ PSLV C42 PSLV C25 PL PSLV C45 PSLV C46 ਮਾਰਸ ਆਰਬਿਟਰ ਮਿਸ਼ਨ ਜਿਹੜਾ ਹੈ ਉਸਦੇ ਲਈ ਜਿਹੜਾ ਵਹੀਕਲ ਗਿਆ ਜਿਹਦੇ ਉੱਪਰ ਮਤਲਬ ਇਸ ਨੂੰ ਛੱਡਿਆ ਗਿਆ ਸੀਗਾ ਉਸ ਵਹੀਕਲ ਦਾ ਕੀ ਨਾਮ ਸੀਗਾ ਉਸ ਵਹੀਕਲ ਜਾਂ ਵਾਹਨ ਦਾ ਨਾਮ ਸੀਗਾ ਜਿਹੜਾ ਉਹ ਸੀਗਾ ਜੀ ਪੀ ਐਸ ਐਲ ਵੀ ਸੀ 25 ਜਿਹਦੇ ਨਾਲ ਮਾਰਸ ਆਰਬਿਟਰ ਮਿਸ਼ਨ ਜਿਹੜਾ ਹੈ ਉਹ ਭੇਜਿਆ ਗਿਆ ਸੀਗਾ ਮਾਰਸ ਆਰਬਿਟਰ ਦਾ ਮੁੱਖ ਕੰਮ ਕੀ ਹੈ ਕਿ ਮਾਰਸ ਦਾ ਜਿਹੜਾ ਮੈਪ ਹੈ ਉਸ ਨੂੰ ਤਿਆਰ ਕਰਨਾ ਸੀਗਾ ਉਸ ਤੇ ਜਿਹੜਾ ਹੈ ਨਿਰੇਖਣ ਕਰਨਾ ਇਸ ਦੇ ਵਿੱਚ ਸ਼ਾਮਲ ਸੀਗਾ 5 ਨਵੰਬਰ 2013 ਨੂੰ ਇਹ ਛੱਡਿਆ ਗਿਆ ਸੀਗਾ 5 ਨਵੰਬਰ 2013 ਨੂੰ ਇਹ ਛੱਡਿਆ ਗਿਆ ਸੀਗਾ ਪੀਐਸਐਲਵੀ ਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਹੈ ਪੋਲਰ ਸੈਟਲਾਈਟ ਲਾਂਚ ਵਹੀਕਲ ਜਿਹਦੇ ਦਰਾਹੀਂ ਸਾਡੇ ਜਿਹੜੇ ਹਨ ਸੈਟਲਾਈਟ ਹੈ ਉਹ ਜਾਂਦੇ ਹੈ ਕਿੰਨੇਗੇ ਸੀ25 ਦੀ ਵਰਤੋਂ ਕਰਦੇ ਹੋਏ ਜਿਹੜਾ ਹੈ ਇਸ ਨੂੰ ਸਤਤੀਸ਼ਤਵੰਸ ਸਪੇਸ ਸੈਂਟਰ ਤੋਂ ਜਿਹੜਾ ਹੈ ਜੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਉੱਥੋਂ ਇਸ ਨੂੰ ਛੱਡਿਆ ਗਿਆ ਸੀਗਾ ਅਤੇ 20 ਦਿਨਾਂ ਦੀ ਲੰਬੀ ਯਾਤਰਾ ਸੀਗੀ ਜੋ ਕਿ 28 ਅਕਤੂਬਰ 2013 ਤੋਂ ਸ਼ੁਰੂ ਹੋਗੀ ਸੀ 17 ਨੰਬਰ ਇਹਨਾਂ ਦਿੱਤੇ ਦੇ ਵਿੱਚੋਂ ਕਿਸ ਨੇ ਸਭ ਤੋਂ ਪਹਿਲਾਂ ਪਾਈ ਦੇ ਮੁੱਲ ਦੀ ਗਣਨਾ ਕੀਤੀ ਹੈ ਵਿਦਿਆਨ ਨੇ ਆਰੀਆ ਪਟਨੀ ਭਾਸਕਰ ਚਾਰੀਆ ਜਾਂ ਸ਼੍ਰੀ ਤਰ ਚਾਰੀਆ ਸਭ ਤੋਂ ਪਹਿਲਾਂ ਪਾਈ ਦਾ ਮੁੱਲ ਦੀ ਜਿਹੜੀ ਗਣਨਾ ਹੈ ਉਹ ਕਿਸ ਦੇ ਦੁਆਰਾ ਕੀਤੀ ਕਿ ਇਹਨਾਂ ਦੇ ਵਿੱਚੋਂ ਤਾਂ ਵਿਦਿਆਨ ਜਿਹੜਾ ਹੈ ਉਸਨੇ ਸਭ ਤੋਂ ਪਹਿਲਾਂ ਪਾਈ ਦੇ ਮੁੱਲ ਦੀ ਗਣਨਾ ਕੀਤੀ ਹੈ ਗਿਆਗੀ ਪਾਈ ਜਿਹੜਾ ਹੈ ਇਹ ਗਣਿਤ ਦਾ ਇੱਕ ਕਿਸੇ ਦਾ ਕਨਸੈਪਟ ਹੈਗਾਗਾ ਅਤੇ ਬੁੱਧ ਜਾਨ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਇਸ ਪਾਈ ਦੇ ਮੁੱਲ ਨੂੰ ਨਿਰਧਾਰਤ ਕਰਨ ਵਾਲਾ ਵਿਅਕਤੀ ਹੈਗਾ ਜਿਸਨੇ ਕਿ ਟੋਏ ਦਾ ਘੇਰਾ ਬਣਾਉਣ ਦੇ ਲਈ ਇਸ ਦੇ ਵਿਆਸ ਦਾ ਤਿੰਨ ਗੁਣਾ ਕੱਢਣ ਦੇ ਲਈ ਮਤਲਬ ਇਸ ਦੀ ਵਰਤੋਂ ਕੀਤੀ ਹੈ ਪਾਈ ਕੋ ਜਿਸ ਤਰ੍ਹਾਂ ਦਾ ਹੁੰਦਾ ਸਿੰਬਲ অলਮੋਸਟ ਸਾਰੇ ਤੁਸੀਂ ਜਾਣਦੇ ਹੋ ਤੇ ਇਹਦਾ ਅਨੁਮਾਨਤ ਮੁੱਲ ਜਿਹੜਾ ਹੈ ਉਹ ਤਿੰਨ ਹੁੰਦਾ ਹੈ ਕਿਉਂਕਿ ਤਿੰਨ ਗੁਣਾ ਹੁੰਦਾ ਹੈ ਵਿਆਸ ਦਾ ਉਹਦੇ ਆਧਾਰ ਦੇ ਉੱਪਰ ਪਾਈ ਨੂੰ ਜਿਹੜਾ ਉਹ ਐਡ ਕੀਤਾ ਜਾਂਦਾ ਹੈ ਅੱਗੇ ਹੈ ਜੀ 18 ਨੰਬਰ ਕਿਸ ਭਾਰਤੀ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ ਕਿਸੇ ਭਾਰਤੀ ਰਾਜ ਦੀ ਇੰਦਰਾ ਗਾਂਧੀ ਸੁਚੇਤਾ ਕਰਪਲਾਨੀ ਸਰੋਜਨੀ 나ਇਡੂ ਜਾਂ ਮਮਤਾ ਬੇਨਰਜੀ ਪਹਿਲੀ ਮੈਲਾ ਜੋ ਕਿਸੇ ਭਾਰਤੀ ਰਾਜ ਦੀ ਮੁੱਖ ਮੰਤਰੀ ਬਣਦੀ ਹੈ ਉਹ ਹੈ ਸੁਚੇਤਾ ਕ੍ਰਿਪਲਾਨੀ ਓਕੇ ਇਹ ਯੂਪੀ ਦੀ ਸਭ ਤੋਂ ਪਹਿਲੀ ਜਿਹੜੀ ਹੈ ਮੁੱਖ ਮੰਤਰੀ ਬਣਦੀ ਹੈ ਉੱਥੇ ਹੀ ਸਰੋਜਨੀ 나ਇਡੂ ਇਹ ਯੂਪੀ ਦੀ ਸਭ ਤੋਂ ਪਹਿਲੀ ਗਵਰਨਰ ਬਣਦੀ ਹੈ ਜੋ ਕਿ ਭਾਰਤ ਦੀ ਪਹਿਲੀ ਲੇਡੀਜ਼ ਹੈ ਜੋ ਕਿ ਰਾਜਪਾਲ ਦੇ ਹੱਥ ਲਈ ਬਣੀ ਹੁੰਦੀ ਹੈ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਪੀਐਮ ਹੈ ਫਰਸਟ ਪੀਐਮ ਹੈ ਮਮਤਾ ਬੇਨਰਜੀ ਬੈਸਟ ਬੰਗਾਲ ਦੀ ਜਿਹੜੀ ਹੈ ਵਰਤਮਾਨ ਸਮੇਂ ਸੀਐਮ ਹੈ ਓਕੇ ਸੋ ਚੇਤਾ ਕਰਪਲਾਨੀ ਜਿਹੜੀ ਹੈ ਇਸ ਸਾਲ 1963 ਤੋਂ ਲੈ ਕੇ 67 ਤੱਕ ਉੱਤਰ ਪ੍ਰਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਉੱਪਰ ਰਹਿੰਦੀ ਹੈਗੀ ਹੈ ਕਿ ਜੇ ਵੀ ਕਰਪਲਾਨੀ ਦੀ ਫੈਮਿਲੀ ਦੇ ਨਾਲੇ ਸਬੰਧਤ ਸੀਗੀ 19 ਨੰਬਰ ਹੈ ਮਕਾਲੂ ਪਹਾੜੀਆਂ ਤੇ ਸਫਲਤਾਪੂਰਵਕ ਚੜਾਈ ਕਰਨ ਵਾਲੀ ਪਹਿਲੀ ਭਾਰਤੀ ਔਰਤ ਕਿਹੜੀ ਹੈ ਕਾਮੀਰੀਤਾ ਸਿਰਪਾ ਗौरी ಸಾವਤ ਭਾਵਨਾ ਕੰਠ ਪ੍ਰਿੰਕਾ ਮੋਹਤੇ ਮਕਾਲੂ ਪਹਾੜ ਦੇ ਉੱਪਰ ਠੀਕ ਹੈ ਮਾਉਂਟ ਮਕਾਲੂ ਦੇ ਉੱਪਰ ਜਾਣ ਵਾਲੀ ਪਹਿਲੀ ਭਾਰਤੀ ਲੇਡੀਜ਼ ਕਿਹੜੀ ਹੈ ਭਾਜੀ ਪ੍ਰਿੰਕਾ ਮੋਤੇ ਪ੍ਰਿੰਕਾ ਮੋਤੇ ਮਕਾਲੂ ਪਹਾੜ ਦੇ ਉੱਪਰ ਜਾਣ ਵਾਲੀ ਸਭ ਤੋਂ ਪਹਿਲੀ ਲੇਡੀਜ਼ ਹੈਗੀ ਹੈਗੀ ਓਕੇ ਇਹ ਸਤਾਰਾ ਦੀ ਰਹਿਣ ਵਾਲੀ ਆ ਸਤਾਰਾ ਜਿਹੜਾ ਹੈ ਮੱਧ ਪ੍ਰਦੇਸ਼ ਦਾ ਖੇਤਰ ਪਿਆ ਜਾਂਦਾ ਹੈ ਓਕੇ ਮੱਧ ਪ੍ਰਦੇਸ਼ ਦਾ ਖੇਤਰ ਹੈ ਜਿੱਥੇ ਸਤਾਰਾ ਉੱਥੋਂ ਦੀ ਰਹਿਣ ਵਾਲੀ ਹੈ ਪ੍ਰਿੰਕਾ ਇਸਨੇ 8481 ਮੀਟਰ ਦੀ ਉਚਾਈ ਦੇ ਉੱਪਰ ਦੁਨੀਆ ਦੀ ਜੋ 5ਵੇਂ ਸਥਾਨ ਦੇ ਉੱਪਰ ਚੋਟੀ ਆਉਂਦੀ ਹੈ ਜਿਸ ਦਾ ਨਾਮ ਹੈ ਮਕਾਲੂ ਮਾਉਂਟ ਮਕਾਲੂ ਉਹਦੇ ਉੱਪਰ ਜਾਣ ਵਾਲੀ ਭਾਰਤੀ ਪਹਿਲੀ ਲੇਡੀਜ਼ ਬਣ ਜਾਂਦੀ ਹੈ ਕਿ ਹੈਗੀ ਮਈ 2018 ਦੇ ਵਿੱਚ ਪ੍ਰਿੰਕਾ ਨੇ ਮਾਉਂਟ ਲੋਹੇਸੇ ਦੇ ਉੱਪਰ ਵੀ ਜਿਹੜਾ ਹੈ ਮਤਲਬ ਚੜ੍ਹਾਈ ਕੀਤੀ ਸੀ ਜੋ ਕਿ ਦੁਨੀਆ ਦਾ ਚੌਥਾ ਸਭ ਤੋਂ ਉੱਚਾ ਪਹਾੜ ਹੈ ਕਗਾ ਪ੍ਰਿੰਕਾ ਦੇ ਦੁਆਰਾ ਕਈ ਸਾਰੇ ਪਹਾੜਾਂਾਂ ਦੇ ਉੱਪਰ ਚੜ੍ਹਾਈ ਕੀਤੀ ਗਈ ਹੈ ਜਿਦੇ ਵਿੱਚੋਂ 2013 ਦੇ ਵਿੱਚ ਇਸ ਨੇ ਮਾਉਂਟ ਐਵਰੇਸਟ ਦੇ ਉੱਪਰ ਚੜ੍ਹਾਈ ਕੀਤੀ ਸੀ 2015 ਦੇ ਵਿੱਚ ਮਾਉਂਟ ਮਥਿਓਸਾ ਦੇ ਉੱਪਰ 2016 ਦੇ ਵਿੱਚ ਮਾਉਂਟ ਮਕਾਲੂ ਤੇ ਮਾਉਂਟ ਕਿਲੀਮੰਜਾਰੋ ਦੋਨਾਂ ਦੇ ਉੱਪਰ ਜਿਹੜਾ ਹੈ ਇਹਨਾਂ ਨੇ ਸਵਾਰੀ ਕੀਤੀ ਸੀ ਮਤਲਬ ਕਿ ਚੜ੍ਹੇ ਸੀ ਓਕੇ 2018 ਦੇ ਵਿੱਚ ਮਾਉਂਟ ਲੋਹਸੇ ਦੇ ਉੱਪਰ ਜਿਹੜੀ ਇਹਨਾਂ ਨੇ ਜੜਾਈ ਕੀਤੀ ਸੀ ਤੇ ਸਾਲ 2021 ਦੇ ਵਿੱਚ ਇਹਨਾਂ ਨੇ ਮਾਉਂਟ ਅਨਾਪੂਰਨਾ ਦੇ ਉੱਪਰ ਵੀ ਜਿਹੜੀ ਹੈ ਚੜ੍ਹਾਈ ਕੀਤੀ ਸੀ ਲਗਭਗ ਸਾਰੇ ਹੀ ਮਾਉਂਟਨ ਜਿਹੜੇ ਉੱਚੇ ਹੈਗੇ ਉਹਨਾਂ ਦੇ ਉੱਪਰ ਇਹਨਾਂ ਨੇ ਯਾਤਰਾ ਕੀਤੀ ਹੈ ਲਾਸਟ ਕੁਐਸਚਨ ਹੈ ਜੀ 120 ਨੰਬਰ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਟ ਅਵਾਰਡ ਦੇ ਦੁਆਰਾ ਕਿਸ ਨੂੰ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਨੂੰ ਅਰੁਣਜੀਤ ਲੀ ਨੂੰ ਅਮਿਤ ਸ਼ਾਹ ਨੂੰ ਜਾਂ ਨਰਿੰਦਰ ਮੋਦੀ ਨੂੰ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਟ ਅਵਾਰਡ ਦੇ ਲਈ ਸਨਮਾਨਿਤ ਕੀਤਾ ਗਿਆ ਹੈ ਵਰਤਮਾਨ ਸਮੇਂ ਪ੍ਰਧ ਭਾਰ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਨਾਮ ਹੈ ਜੀ ਜਿਨ੍ਹਾਂ ਦਾ ਨਾਮ ਹੈ ਨਰਿੰਦਰ ਮੋਦੀ ਠੀਕ ਹੈ ਸੋ ਨਰਿੰਦਰ ਮੋਦੀ ਨੂੰ ਜਿਹੜਾ ਹੈ ਇਹ ਪੁਰਸਕਾਰ ਦਿੱਤਾ ਗਿਆ ਹੈ ਜੀ ਲੇਟੈਸਟ ਹੀ ਠੀਕ ਹੈ ਔਰ ਇਹ ਪੁਰਸਕਾਰ ਜਿਹੜਾ ਹੈ ਪੀਪਲ ਪ੍ਰੋਫਿਟ ਤੇ ਪਲੈਨਟ ਦੀ ਜਿਹੜੀ ਹੈ ਟਰਾਈ ਲਾਈਨ ਦੇ ਉੱਪਰ ਕੇਂਦਰਿਤ ਹੁੰਦੀ ਹੈ ਪੀਪਲ ਪ੍ਰੋਫਿਟ ਤੇ ਪਲੈਨਟ ਨਾਲ ਹਰ ਸਾਲ ਜਿਹੜਾ ਹੈ ਰਾਸ਼ਟਰ ਦੇ ਨੇਤਾ ਨੂੰ ਇਹ ਪੇਸ਼ ਕੀਤਾ ਜਾਊਗਾ ਯਾਨੀ ਕਿ ਪ੍ਰੋਵਾਈਡ ਕੀਤਾ ਜਾਊਗਾ ਪਹਿਲਾ ਫਿਲਪ ਕੋਟਲ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਸੀਗਾ ਓਕੇ ਸੋ ਇਹ ਸੀ ਆਪਣਾ ਇਦਾਂ ਸੈਸ਼ਨ ਜਿਸ ਦੇ ਵਿੱਚ ਸਟੈਟਿਕ ਜੀਕੇ ਦੇ ਆਪਾਂ ਕੁਝ ਇੰਪੋਰਟੈਂਟ ਜਿਹੜੇ ਕੁਐਸਚਨ ਨੂੰ ਡਿਸਕਸ ਕੀਤੇ ਨੇ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਲਈ ਹੈਲਪਫੁਲ ਹੋਣਗੇ ਸਭ ਨੂੰ ਕਾਫੀ ਕੁਝ ਜੜਾ ਸਿੱਖਣ ਨੂੰ ਮਿਲਿਆ ਹੋਊ ਸੋ ਇਸੇ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਕਲਾਸਾਂ ਤੁਹਾਨੂੰ ਬਹੁਤ ਜਲਦ ਆਪਾਂ ਇਸ ਚੈਨਲ ਦੇ ਉੱਪਰ ਅਪਲੋਡ ਕਰ ਦਵਾਵਾਂਗੇ ਜੋ ਕਿ ਤੁਹਾਡੇ ਹਰ ਇੱਕ ਐਗਜ਼ਾਮ ਦੇ ਲਈ ਹੈਲਪਫੁਲ ਰਹਿਣਗੇ ਸੋ ਮਿਲਦੇ ਆ नेक्स्ट ਸ